ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਅਤੇ ਮਨ ਦੇ ਪਾਪਾ ਬਾਹਰ ਆਏ ਹੋਏ ਹਾਂ ਜੀ। ਹੁਣ ਆਪਾਂ ਇੱਥੇ ਜਦ ਵੀ ਅਸੀਂ ਇਸ ਰਸਤੇ ਨੂੰ ਜਾਂਦੇ ਹਾਂ ਅਸੀਂ ਇੱਥੇ ਜ਼ਰੂਰ ਪ੍ਰਸ਼ਾਦਾ ਛਕਦੇ ਹਾਂ ਕਿਉਂਕਿ ਇੱਥੇ ਪ੍ਰਸ਼ਾਦਾ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਹੈ। ਹੁਣ ਜੀ ਮਨ ਦੇ ਪਾਪਾ ਕੁਲਚੇ ਲੈ ਰਹੇ ਨੇ ਬੱਚਿਆਂ ਲਈ ਪਟਿਆਲੇ ਤੋਂ। ਆਪਾਂ ਪਟਿਆਲੇ ਪਹੁੰਚ ਗਏ ਹਾਂ ਜੀ, ਘਰ ਜਾ ਰਹੇ ਹਾਂ ਆਪਾਂ। ਹੁਣ ਬੱਚਿਆਂ ਨੂੰ ਫੋਨ ਕੀਤਾ ਸੀਗਾ ਕਿਉਂਕਿ ਬੱਚਿਆਂ ਨੂੰ ਸ਼ੌਕ ਹੁੰਦਾ ਹੈ। ਇੱਥੇ ਤਾਂ ਫੇਮਸ ਕੁਲਚੇ ਨੇ ਜੀ ਪਟਿਆਲੇ ਦੇ। ਇਹ ਕਾਫੀ ਜ਼ਿਆਦਾ ਗਰਮੀ ਹੈ ਪਰ ਬੱਦਲਬਾਈ ਹੋਈ ਸੀਗੀ, ਐਂ ਲੱਗਦਾ ਸੀਗਾ ਮੀਂਹ ਆਊਗਾ ਪਰ ਨਹੀਂ, ਮੌਸਮ ਫਿਰ ਸਾਫ਼ ਹੋ ਗਈ ਹੈ। ਹੁਣ ਬਾਹਰ ਤਾਂ ਨਿਕਲਣ ਨੂੰ ਬਿਲਕੁਲ ਵੀ ਦਿਲ ਨਹੀਂ ਕਰਦਾ ਹੈਗਾ, ਕਾਫੀ ਜ਼ਿਆਦਾ ਗਰਮੀ ਪੈ ਰਹੀ ਹੈ। ਲੈ ਆਏ ਜੀ ਮਨ ਦੇ ਪਾਪਾ। ਹਾਂਜੀ, ਕਿੰਨੇ ਲੈ ਕੇ ਆਏ ਹੋ? ਪੰਜ ਕੁਲਚੇ ਲਿਆ। ਅੱਛਾ, ਚਲੋ ਵਧੀਆ। ਅੱਛਾ, 25 ਰੁਪਏ ਦਾ ਇੱਕ ਹੈ? ਪਨੀਰ ਵੀ ਹੈ। ਅੱਛਾ ਜੀ, ਮੱਖਣ। ਅੱਛਾ ਜੀ, ਮਿਕਸ ਸਬਜ਼ੀ। ਕਾਫੀ ਚੀਜ਼ਾਂ ਪਈਆਂ ਹੁੰਦੀਆਂ ਨੇ, ਹੈਨਾ? ਵਧੀਆ ਬਣਿਆ ਹੁੰਦਾ, ਟੇਸਟੀ ਬਹੁਤ ਹੁੰਦੇ ਨੇ, ਹੈਨਾ? ਅੱਛਾ ਜੀ, ਆਹ ਦੇਖੋ ਜੀ ਗਰਮਾ ਗਰਮ ਲੈ ਕੇ ਆਏ ਨੇ ਬੱਚਿਆਂ ਲਈ। ਅਸੀਂ ਫੋਨ ਕਰਕੇ ਪੁੱਛ ਲਿਆ ਸੀਗਾ, ਉਹ ਕਹ ਰਹੇ ਮੰਮਾ ਸਾਡੇ ਲਈ ਅਸੀਂ ਲੈ ਕੇ ਆਏ, 25 ਰੁਪਏ ਦਾ ਇੱਥੇ ਇੱਕ ਮਿਲਦਾ ਹੈ ਜੀ, ਪਰ ਖਾਣ ਦੇ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਹੈ। ਕਾਫੀ ਜ਼ਿਆਦਾ ਹੈ ਨਾ, ਖੜੇ ਸੀਗੇ ਹੈ ਨਾ, ਹੁਣ ਵੀ ਗੱਡੀਆਂ ਵਾਲੇ ਵੀ ਖੜੇ ਸੀਗੇ। ਅੱਛਾ ਜੀ, ਚਲੋ ਵਧੀਆ। ਇੱਥੇ ਜੀ ਆਪਣੇ ਖੇਤਾਂ ਦੀ ਮੋਟਰ ਖਰਾਬ ਹੋ ਗਈ ਹੈ, ਉਹ ਆਪਾਂ ਨਵੀਂ ਲਿਆ ਕੇ ਪਾ ਰਹੇ ਹਾਂ ਜੀ। ਬਸ ਹੁਕਮ ਹੈ ਜੀ ਬਾਬਾ ਜੀ ਦਾ, ਹੈ ਕਿ ਨਹੀਂ? ਕਾਫੀ ਜ਼ਿਆਦਾ ਸਾਡੇ ਪਿੰਡ ਦੇ ਵਿੱਚ ਕਾਫੀ ਜ਼ਿਆਦਾ ਮੋਟਰਾਂ ਖਰਾਬ ਹੋਈਆਂ ਨੇ, ਪਤਾ ਨਹੀਂ ਕੀ ਪ੍ਰੋਬਲਮ ਆਈ ਹੈ ਐਤਕੀ। ਇਹ ਵੀ ਬਾਬਾ ਜੀ ਦਾ ਹੁਕਮ ਹੈ ਜੀ, ਕੁਛ ਤਾਂ ਪਾਣੀ ਆਇਆ, ਪਾਣੀ ਤੋਂ ਬਾਅਦ ਇਹ ਪ੍ਰੋਬਲਮ ਆ ਗਈ। ਹੁਣ ਕਹਿੰਦੇ ਨੇ ਜਿੱਥੇ ਰੱਬ ਰੱਖੇ ਉੱਥੇ ਹੀ ਰਹਿਣਾ, ਉਹਦਾ ਹੁਕਮ ਹੈ ਜੀ। ਖਰਚੇ ਤੋਂ ਖਰਚੇ ਛਿੜੀ ਜਾਂਦੇ ਨੇ, ਕਹਿੰਦੇ ਜੱਟਾਂ ਦਾ ਇਹ ਕੰਮ ਹੈ ਜੀ, ਜੜ ਤਾਂ ਬਸ ਖੇਤਾਂ ਦੇ ਵਿੱਚ ਕਦੀ ਸੰਦੇ ਨਾਲ ਘੁਲੀ ਜਾਂਦੇ ਨੇ, ਕਦੇ ਐਵੇਂ ਪ੍ਰੋਬਲਮ ਆਈ ਜਾਂਦੀ ਹੈ ਖੇਤਾਂ 'ਚ, ਕਦੀ ਕੋਈ ਪ੍ਰੋਬਲਮ ਆ ਗਈ, ਕਦੀ ਕੋਈ। ਚਲੋ ਫਿਰ ਵੀ ਆਪਣੇ ਕਹਿੰਦਾ ਫਰਕ ਹੈ, ਹੁਣ ਮਤਲਬ ਹੋਰ ਜਗ੍ਹਾ 'ਤੇ ਦੇਖਦੇ ਹਾਂ ਆਪਾਂ, ਪਾਣੀ ਹੁਣ ਵੀ ਆ ਰਿਹਾ, ਪਰਮਾਤਮਾ ਸਭ ਦਾ ਭਲਾ ਕਰੇ, ਸਭ 'ਤੇ ਮਿਹਰ ਭਰਿਆ ਹੱਥ ਰੱਖੇ ਜੀ। ਆਪਣੇ ਫਿਰ ਵੀ ਚਲੋ ਬਚੋ ਰਹਿ ਗਿਆ, ਚਲੋ ਮਾੜਾ ਮੋਟਾ ਤਾਂ ਖਰਚਾ ਚੱਲੀ ਜਾਂਦਾ ਹੈ ਜੀ।
मैं नहीं करता यार, जनरेटर ले लेता तो कर रहे है। Thank you.